ਵੈਗਰੀ ਕੇ ਖਾਲਸਾ ਵੈਗਰੀ ਕੀ ਫਤਿਹ। ਅੱਜ ਆਪਾਂ ਗੱਲ ਕਰਾਂਗੇ ਡੇਲੀ ਵਰਡ ਯੂਸਿਸ, ਜਿਹੜੇ ਅਕਸਰ ਆਪਾਂ ਘਰਾਂ ਵਿੱਚ ਵਰਤਦੇ ਹਾਂ ਪਰ ਉਹਨਾਂ ਦਾ ਆਪਾਂ ਨੂੰ ਇੰਗਲਿਸ਼ ਵਿੱਚ ਮਤਲਬ ਨਹੀਂ ਪਤਾ ਹੁੰਦੇ। ਸੋ ਅੱਜ ਜੇ ਤੁਸੀਂ ਇਹ ਵਰਡਸ ਬਾਰੇ ਜਾਣਨਾ ਚਾਹੁੰਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ। ਫਸਟ ਆਫ ਆਲ ਆਪਾਂ ਗੱਲ ਕਰਾਂਗੇ ਅਬਸਟੇਨ। ਅਬਸਟੇਨ ਦਾ ਪਰਹੇਜ਼ ਕਰਨਾ, ਪਰਹੇਜ਼ ਮਤਲਬ ਕਿ ਮੰਨ ਲਓ ਅਕਸਰ ਆਪਣਾ ਨੂੰ ਘਰ ਦੇ ਵਿੱਚ ਮਾਂ ਪਿਓ ਆਪਣੇ ਕਹਿੰਦੇ ਆ ਵੀ ਤੁਹਾਨੂੰ ਫਾਸਟ ਫੂਡ ਨਹੀਂ ਖਾਣਾ ਚਾਹੀਦਾ, ਪਰ ਆਪਾਂ ਫਿਰ ਵੀ ਖਾਂਦੇ ਹਾਂ, ਉਹ ਤੋਂ ਪਰਹੇਜ਼ ਕਰਨਾ ਚਾਹੀਦਾ। ਤੋ ਉਸ ਜਗ੍ਹਾ ਦਾ ਜਿਹੜਾ ਵਰਡ ਆ ਉਹ ਆਪਾਂ ਯੂਜ਼ ਕਰਾਂਗੇ ਅਬਸਟੇਨ, ਠੀਕ ਹੈ। ਅਬਸਟੇਨ ਵਰਡ ਯੂਜ਼ ਕਰਾਂਗੇ। ਅਗਲਾ ਕੀ ਹੈ ਐਗਰੀਗੇਟ। ਐਗਰੀਗੇਟ ਕੇ ਵਧਾ ਚੜਾ ਕੇ ਕਹਿਣਾ। ਅਕਸਰ ਜਦੋਂ ਬੀਬੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੈਠਦੀਆਂ ਹਰ ਗੱਲ ਨੂੰ ਬੜਾ ਵਧਾ ਚੜਾ ਕੇ ਦੱਸਦੀਆਂ, ਮੇਰੇ ਮੁੰਡੇ ਨੇ ਆਹ ਕਰਤਾ, ਮੇਰੀ ਕੁੜੀ ਨੇ ਆਹ ਕਰਤਾ, ਉਸ ਜਗ੍ਹਾ ਤੇ ਆਪਾਂ ਵਰਡ ਜਿਹੜਾ ਉਹ ਵਰਤਾਂਗੇ ਐਗਰੀਗੇਟ, ਠੀਕ ਹੈ। ਅਗਲਾ ਵਰਡ ਹੈ ਮੈਸਟੀਕੇਟ। ਮੈਸਟੀਕੇਟ ਹੁੰਦਾ ਵਾ ਚਬਾਉਣਾ, ਜਿਵੇਂ ਆਪਾਂ ਰੋਟੀ ਨੂੰ ਚਬਾ ਚਬਾ ਕੇ ਖਾਣਾ ਚਾਹੀਦਾ, ਠੀਕ ਹੈ। ਤਾਂ ਉੱਥੇ ਆਪਾਂ ਵਰਡ ਜਿਹੜਾ ਵਰਤਾਂਗੇ ਮੈਸਟੀਕੇਟ, ਠੀਕ ਹੈ। ਅਗਲਾ ਵਰਡ ਹੈ ਕਰਟਲ। ਕਰਟਲ ਕੀ ਹੈ? ਛੋਟਾ ਕਰਨਾ, ਘੱਟ ਕਰਨਾ, ਆਪਾਂ ਕਹਿੰਦੇ ਜਿਵੇਂ ਆਹ ਕੱਪੜੇ ਨੂੰ ਛੋਟਾ ਕਰ ਦਿਓ, ਠੀਕ ਹੈ, ਆਹ ਸਪੀਚ ਨੂੰ ਛੋਟਾ ਕਰ ਦਿਓ, ਉਸ ਚੀਜ਼ ਤੇ ਆਪਾਂ ਵਰਡ ਯੂਜ਼ ਕਰਾਂਗੇ ਕਾਟਨ, ਠੀਕ ਹੈ। ਈਵੀਐਸ ਡਰੋਪ। ਈਵੀਐਸ ਡਰੋਪ ਹੁੰਦਾ ਲੁੱਕ ਕੇ ਸੁਣਨਾ, ਠੀਕ ਹੈ। ਕਈ ਵਾਰ ਕਈ ਗੱਲਾਂ ਆਪਣੇ ਘਰ ਵਿੱਚ ਇਹੋ ਜਿਹੀਆਂ ਹੋ ਜਾਂਦੀਆਂ, ਠੀਕ ਹੈ, ਬਟ ਆਪਾਂ ਨੂੰ ਉਹਨਾਂ ਦਾ ਸਹੀ ਅਰਥ ਨਹੀਂ ਪਤਾ ਹੁੰਦਾ, ਤਾਂ ਫਿਰ ਕਈ ਵਾਰ ਆਪਾਂ ਕਿਸੇ ਦੀ ਗੱਲਾਂ ਲੁੱਕ ਕੇ ਸੁਣਦੇ ਹਾਂ, ਉਸ ਵਰਡ ਤੇ ਆਪਾਂ ਕੀ ਯੂਜ਼ ਕਰਾਂਗੇ? ਈਵੀਐਸ ਡਰੋਪ, ਠੀਕ ਹੈ। ਅਗਲਾ ਵਰਡ ਹੈ ਕਰੇਵ। ਕਰੇਵ ਹੁੰਦਾ ਤਰਸਣਾ, ਠੀਕ ਹੈ, ਕਿਸੇ ਚੀਜ਼ ਨੂੰ ਲੈ ਕੇ ਤਰਸਣਾ। ਜਿਵੇਂ ਛੋਟੇ ਹੁੰਦੇ ਆਪਾਂ ਨੂੰ ਕੋਈ ਚੀਜ਼ ਚੰਗੀ ਲੱਗਦੀ ਹੁੰਦੀ, ਬਟ ਕੀ ਘੱਟ ਬਜਟ ਹੋਣ ਕਰਕੇ ਆਪਣੇ ਮਾਂ ਪਿਓ ਨੂੰ ਲੈ ਕੇ ਨਹੀਂ ਦੇ ਸਕਦੇ ਹੁੰਦੇ ਸੀ, ਆਪਾਂ ਨੂੰ ਚੀਜ਼ ਉਹ ਚਾਹੀਦੀ ਵੀ ਨਹੀਂ ਹੁੰਦੀ, ਬਟ ਆਪਾਂ ਉਸ ਚੀਜ਼ ਨੂੰ ਲੈ ਕੇ ਹਮੇਸ਼ਾ ਤਰਸਦੇ ਰਹਿੰਦੇ ਹਾਂ, ਉਸ ਵਰਡ ਤੇ ਆਪਾਂ ਯੂਜ਼ ਕਰਾਂਗੇ ਕ੍ਰੇਵ, ਠੀਕ ਹੈ। CRAV ਸਕੰਬ। ਸਕੰਬ ਕੀ? ਚੁੱਕ ਜਾਣਾ। ਮੰਨ ਲਓ ਆਪਾਂ ਨੂੰ ਕੋਈ ਚੀਜ਼ ਚਾਹੀਦੀ ਹੈ ਪਰ ਉਹ ਅਗਲਾ ਨਹੀਂ ਦੇ ਰਿਹਾ, ਜੇ ਆਪਾਂ ਉਸ ਨੂੰ ਚੁੱਕ ਕੇ ਮੰਗਦੇ ਹਾਂ ਤੇ ਉਹ ਚੀਜ਼ ਆਪਾਂ ਨੂੰ ਮਿਲ ਜਾਂਦੀ ਹੈ, ਤਾਂ ਉਹਨੂੰ ਆਪਾਂ ਯੂਜ਼ ਕਰਾਂਗੇ ਉੱਥੇ ਵਰਡ ਸਕੰਬ, ਠੀਕ ਹੈ। ਡਿਸਕਾਈਜ਼। ਡਿਸਕਾਈਜ਼ ਤੁਹਾਨੂੰ ਪਤਾ ਹੀ ਹੈ, ਅਕਸਰ ਇਹ ਵਰਡ ਬੜਾ ਪਾਪੂਲਰ ਹੈ, ਇਹਦਾ ਹੁੰਦਾ ਭੇਸ ਬਦਲਣਾ, ਭੇਸ ਬਦਲ ਕੇ ਕੋਈ ਹੋਰ ਰੂਪ ਲੈ ਕੇ ਉਹ ਕੰਮ ਕਰਨਾ। ਅਗਲਾ ਵਰਡ ਆ ਗਿਆ ਡਿਜ਼ਾਉਨ। ਡਿਜ਼ਾਉਨ ਦਾ ਅਪਣਾਉਣ ਤੋਂ ਮਨਾ ਕਰਨਾ। ਮੰਨ ਲਓ ਕਈ ਵਾਰ ਵਿਆਹ ਸ਼ਾਦੀ ਦੇ ਵਿੱਚ ਮੁੰਡਾ ਕੁੜੀ ਜਿਹੜਾ ਹੁੰਦਾ, ਜਿਹਦਾ ਵਿਆਹ ਹੋਇਆ ਹੁੰਦਾ, ਉਹ ਉਹਨਾਂ ਵਿੱਚ ਅਣਬਣ ਹੋ ਜਾਂਦੀ ਹੈ, ਠੀਕ ਹੈ, ਫਿਰ ਕੀ ਕਰਦੇ, ਜਾਂ ਮੁੰਡਾ ਕੁੜੀ ਵਾਲੇ ਜਾਂ ਕੁੜੀ ਵਾਲੇ ਮੁੰਡੇ ਨੂੰ ਅਪਣਾਉਣ ਤੋਂ ਮਨਾ ਕਰ ਦਿੰਦੇ ਆ, ਤਾਂ ਉਸ ਵਰਡ ਤੇ ਆਪਾਂ ਯੂਜ਼ ਕਰਾਂਗੇ ਡਿਸਾਉਨ, ਠੀਕ ਹੈ। ਅਗਲਾ ਹੈ ਪੈਸੀਕਿਊਟ। ਪੈਸੀਕਿਊਟ ਦਾ ਸਤਾਉਣਾ, ਜਿਵੇਂ ਅਕਸਰ ਬੱਚੇ ਅੱਜ ਕੱਲ੍ਹ ਮਾਂ ਪਿਓ ਨੂੰ ਸਤਾਉਂਦੇ ਆ, ਠੀਕ ਹੈ, ਜੇ ਕੋਈ ਉਹ ਚੀਜ਼ ਨਾ ਲੈ ਕੇ ਦੇਵੇ ਭਾਵੇਂ ਨਿੱਕੇ ਹੋਣ ਭਾਵੇਂ ਵੱਡੇ, ਉਸ ਚੀਜ਼ ਤੋਂ ਵਰਡ ਆਪਾਂ ਯੂਜ਼ ਕਰਾਂਗੇ ਪੈਸੀਕਿਊਟ। ਨੈਕਸਟ ਵਰਡ ਆ ਗਿਆ ਮਿੰਗਲ। ਮਿੰਗਲ ਹੁੰਦਾ, ਮਿੰਗਲ ਤੋਂ ਵਰਡ ਘੁਲ ਮਿਲ ਜਾਣਾ, ਠੀਕ ਹੈ, ਜਿਵੇਂ ਆਪਾਂ ਕਿਤੇ ਗਏ ਆਪਣੇ ਨਾਨਕੇ ਗਏ, ਠੀਕ ਹੈ, ਉੱਥੇ ਜਾ ਕੇ ਉਸ ਵਾਤਾਵਰਨ ਨੂੰ ਅਪਣਾ ਲਿਆ ਤੇ ਉਹਨਾਂ ਵਾਤਾਵਰਨ ਦੇ ਵਿੱਚ ਆਪਾਂ ਘੁਲ ਮਿਲ ਗਏ, ਤੇ ਉਸ ਚੀਜ਼ ਤੋਂ ਆਪਾਂ ਵਰਡ ਨੂੰ ਉੱਥੇ ਕੀ ਲਿਖਾਂਗੇ? ਮਿੰਗਲ, ਮਿੰਗਲ। ਨੈਕਸਟ ਵਰਡ ਆ ਸ਼ਾਮ। ਸ਼ਾਮ ਮਤਲਬ ਪਖੰਡ ਕਰਨਾ। ਅਕਸਰ ਜਦੋਂ ਅਸੀਂ ਛੋਟੇ ਹੁੰਦੇ ਸੀ, ਠੀਕ ਹੈ, ਅਸੀਂ ਪੈਸੇ ਲੈਣ ਵਾਸਤੇ ਜਾਣ ਕੇ ਮਾਂ ਪਿਓ ਅੱਗੇ ਰੋਂਦੇ ਹੁੰਦੇ ਸੀ ਤੇ ਪਖੰਡ ਕਰ ਦਿੰਦੇ ਸੀ, ਤੇ ਉਹ ਕਿਉਂਕਿ ਸਾਨੂੰ ਉਸ ਟਾਈਮ ਪੈਸੇ ਚਾਹੀਦੇ ਹੁੰਦੇ ਸੀ ਖਾਣ ਪੀਣ ਵਾਸਤੇ, ਤੇ ਉਸ ਜਗ੍ਹਾ ਦੇ ਵਰਡ ਆਪਾਂ ਯੂਜ਼ ਕਰਾਂਗੇ ਸ਼ਾਮ, ਠੀਕ ਹੈ। ਨੈਕਸਟ ਵਰਡ ਹੈਗਾ ਕੰਸੀਲ। ਕੰਸੀਲ ਹੁੰਦਾ ਛੁਪਾਉਣਾ, ਛੁਪਾਉਣਾ, ਕਿਸੇ ਚੀਜ਼ ਨੂੰ ਛੁਪਾ ਕੇ ਰੱਖਣਾ, ਜਿਵੇਂ ਆਪਣੇ ਪੈਸੇ ਨੂੰ ਛੁਪਾ ਕੇ ਰੱਖਣਾ, ਠੀਕ ਹੈ, ਆਪਣੇ ਕੱਪੜਿਆਂ ਨੂੰ ਛੁਪਾ ਕੇ ਰੱਖਣਾ ਕਿ ਇਹ ਵਰਡ ਵੇਖਣਾ ਨਾ ਵੀ ਮੇਰਾ ਭਰਾ ਨਾ ਪਾਲੇ, ਮੇਰੀ ਭੈਣ ਨਾ ਪਾਲੇ, ਦੈਟ ਇਜ਼ ਕੰਸੀਲ, ਦੈਟ ਇਜ਼ ਕੰਸੀਲ। ਦੈਟ ਅਗਲਾ ਵਰਡ ਹੈਗਾ ਬਿਲਾਈ। ਬਿਲਾਈ ਹੁੰਦਾ ਚੁਟਲਾਉਣਾ। ਮੰਨ ਲਓ ਕਿਸੇ ਨੇ ਕੋਈ ਗੱਲ ਕਹਿਤੀ ਆ ਪਰ ਉਹ ਗੱਲ ਗਲਤ ਆ ਤੇ ਆਪਾਂ ਉਹਨੂੰ ਉਸ ਜਗ੍ਹਾ ਤੇ ਗਲਤ ਕਹਿਤਾ, ਇਟ ਮੀਨਸ ਕਿ ਉਹਨੂੰ ਆਪਾਂ ਚੁਟਲਾਤਾ, ਇਹ ਗੱਲ ਤੇਰੀ ਠੀਕ ਨਹੀਂ ਹੋਏਗੀ, ਉਸ ਜਗ੍ਹਾ ਤੇ ਵਰਡ ਯੂਜ਼ ਕਰਾਂਗੇ ਬੀ ਲਾਈ। ਨੈਕਸਟ ਫੀਲ ਆ ਸਵਿੰਡਲ। ਸਵਿੰਡਲ ਹੁੰਦਾ ਠੱਗਣਾ। ਠੱਗਣ ਦਾ ਮਤਲਬ ਇਹ ਆ ਕਿ ਆਪਾਂ ਹਮੇਸ਼ਾ ਆਪਣੇ ਮਾਂ ਪਿਓ ਨੂੰ ਠੱਗਦੇ ਰਹਿੰਦੇ ਹਾਂ ਵੀ ਆਪਾਂ ਹਮੇਸ਼ਾ ਪੈਸੇ ਉਹਨਾਂ ਨੂੰ ਜਿੰਨੀ ਲੋੜ ਹੁੰਦੀ ਉਹ ਤੋਂ ਜ਼ਿਆਦਾ ਵੱਧ ਮੰਗਦੇ ਹਾਂ, ਤੋ ਜਿਹੜੇ ਆਪਾਂ ਜ਼ਿਆਦਾ ਵੱਧ ਮੰਗਦੇ ਹਾਂ ਉਸਦਾ ਮਤਲਬ ਕਿ ਅਸੀਂ ਆਪਣੇ ਮਾਂ ਪਿਓ ਨੂੰ ਠੱਗਦੇ ਹਾਂ, ਉਸ ਜਗ੍ਹਾ ਦੇ ਵਰਡ ਜਿਹੜਾ ਆਪਾਂ ਯੂਜ਼ ਕਰਾਂਗੇ ਸਵਿੰਡਲ, ਸਵਿੰਡਲ। ਨੈਕਸਟ ਵਰਡ ਹੈਗਾ ਵੈਨਿਸ਼। ਵੈਨਿਸ਼ ਹੁੰਦਾ ਗੈਬ ਹੋ ਜਾਣਾ, ਠੀਕ ਹੈ। ਮੰਨ ਲਓ ਆਪਾਂ ਹੁਣ ਅੱਜ ਕੱਲ੍ਹ ਜਦੋਂ ਆਪਾਂ ਵੱਡੇ ਹੋ ਜਾਂਦੇ ਹਾਂ ਆਪਾਂ ਕੰਮ ਕਰਾਂ 'ਚ ਬੈਠ ਜਾਂਦੇ ਹਾਂ, ਅਕਸਰ ਆਪਣੇ ਮਾਂ ਪਿਓ ਆਪਾਂ ਨੂੰ ਕਹਿੰਦੇ ਆ ਅੱਜ ਕੱਲ੍ਹ ਤਾਂ ਤੂੰ ਗਾਇਬ ਹੀ ਰਹਿੰਦਾ, ਤਾਂ ਉਸ ਜਗ੍ਹਾ ਦੇ ਵਰਡ ਆਪਾਂ ਯੂਜ਼ ਕਰਾਂਗੇ ਵੈਨਿਸ਼, ਠੀਕ ਹੈ। ਸੋ ਇਹ ਸਨ ਡੇਲੀ ਯੂਜ਼ਿਸ ਵਰਡ।
ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਪਲੀਜ਼ ਲਾਈਕ ਐਂਡ ਸ਼ੇਅਰ, ਅਤੇ ਹੁਣ ਤੁਸੀਂ ਇਹ ਆਪਣੇ ਵਰਡਸ ਉਤਾਰ ਸਕਦੇ ਹੋ, ਤੁਹਾਨੂੰ ਟਾਈਮ ਦਿੱਤਾ ਜਾਂਦਾ ਹੈ।